ਹੁਣ ਕਾਂਗਰਸ ਪਾਰਟੀ ਕੀ ਤੁਹਾਨੂੰ ਤੁਸੀਂ ਇਨਸਾਫ ਮੰਗ ਸਕਦੇ ਹੋ ਕਾਂਗਰਸ ਪਾਰਟੀ ਤੋਂ ਜਿਹੜੀ ਟੈਂਕਾਂ ਤੋਪਾਂ ਨਾਲ ਦਰਬਾਰ ਸਾਹਿਬ ਹਮਲਾ ਕਰਦੀ ਹੈ ਉਹਨੂੰ ਬਾਰ ਬਾਰ ਵੋਟਾਂ ਪਾਉਣੇ ਹੋ ਜਿਹੜੇ ਤੁਹਾਡੇ ਭੈਣ ਭਰਾ ਹਜ਼ਾਰਾਂ ਭੈਣ ਭਰਾਵਾਂ ਦਾ ਕਤਲ ਕਰਦੀ ਹੈ ਉਹਨੂੰ ਵੋਟਾਂ ਪਾਉਣੇ ਹੋ ਜਿਹਨੇ ਡੱਕਾ ਨਹੀਂ ਤੋੜਿਆ ਉਹਨੂੰ ਵੋਟਾਂ ਪਾਉਣੇ ਹੋ ਦੂਜੇ ਪਾਸੇ ਬੀਜੇਪੀ ਹੈ ਜਿਹੜੇ ਤੁਸੀਂ ਦੇਖੋ ਕੀ ਹਾਲਾਤ ਕੀਤੇ ਤੇ ਤੀਜੀ ਹੁਣ ਨਵੀਂ ਆਮ ਆਦਮੀ ਪਾਰਟੀ ਆ ਗਈ ਆ ਕੰਧਾਂ ਤੇ ਲਿਖਿਆ ਕਿ ਕੇਜਰੀਵਾਲ ਨੂੰ ਇੱਕ ਮੌਕਾ ਦਿਓ ਕਿ ਕੇਜਰੀਵਾਲ ਨੂੰ ਪਤਾ ਪੰਜਾਬ ਦੀ ਸਮੱਸਿਆ ਕੀ ਹੈ ਕਿ ਕੇਜਰੀਵਾਲ ਨੂੰ ਪਤਾ ਝੋਨਾ ਕਦੋਂ ਲਾਈਦਾ ਕਣਕ ਕਦੋਂ ਬੀਜੀਦੀ ਹੈ ਕਿਤੇ ਕੇਜਰੀਵਾਲ ਨੂੰ ਤੁਹਾਡੇ ਦੁੱਖ ਸੁੱਖ ਚ ਆਇਆ ਤੁਸੀਂ ਯਾਦ ਕਰੋ 5 ਸਾਲ ਪਹਿਲੇ ਕੇਜਰੀਵਾਲ ਨੂੰ ਵੋਟਾਂ ਪਾ ਕੇ 20 ਐਮਐਲਏ ਜਿਤਾਏ ਲੀਡਰ ਆਫ ਦੀ ਆਪੋਜੀਸ਼ਨ ਉਹਨਾਂ ਦਾ ਸੀ 5 ਸਾਲ ਤੁਹਾਡਾ ਕੋਈ ਧੰਨਵਾਦ ਕਰਨ ਵਾਸਤੇ ਕੇਜਰੀਵਾਲ ਆਇਆ ਤੁਹਾਡੇ ਦੁੱਖ ਸੁੱਖ ਚ ਆਇਆ ਜਦੋਂ ਕਰੋਨਾ ਦੀ ਬਿਮਾਰੀ ਸੀ ਕਿਤੇ ਕੇਜਰੀਵਾਲ ਪੁੱਛਣ ਆਇਆ ਕਿ ਤੁਹਾਨੂੰ ਆਹ ਤਕਲੀਫ ਹੈ ਮੈਂ ਮੁੱਖ ਮੰਤਰੀ ਦਿੱਲੀ ਦਾ ਦੱਸੋ ਕੀ ਕਰ ਸਕਦਾ ਮੈਂ ਇੱਕ ਦਿਨ ਨਹੀਂ ਆਇਆ ਅਕਾਲੀ ਦਲ ਦੇ ਦਿੱਲੀ ਵਰਕਰਾਂ ਨੇ ਦਿੱਲੀ ਜਾ ਕੇ ਲੰਗਰ ਸੇਵਾ ਕੀਤੀ ਆਕਸੀਜਨ ਦੀ ਸੇਵਾ ਕੀਤੀ ਹਸਪਤਾਲ ਖੋਲਿਆ ਅਕਾਲੀ ਦਲ ਦੇ ਵਰਕਰਾਂ ਨੇ ਪੰਜਾਬ ਵਿੱਚ ਥੋੜੀ ਸੇਵਾ ਕੀਤੀ ਇੱਥੋਂ ਦੇ ਕਹਿ ਉਮੀਦਵਾਰ ਅਕਾਲੀ ਦਲ ਦੇ ਨਹੀਂ ਸੀ ਜਿੱਤੇ ਪਰ ਜਥੇਦਾਰ ਤੋਤਾ ਸਿੰਘ ਜੀ ਨੇ ਦਿਨ ਰਾਤ ਤੁਹਾਡੀ ਬਾਂਹ ਫੜੀ ਕਿ ਨਹੀਂ ਅਸੀਂ ਤੁਹਾਡੇ ਜਿਉਂ ਅਸੀਂ ਇੱਥੇ ਮਰਨਾ ਜਿਉਣਾ ਤੁਹਾਡੇ ਵਾਸਤੇ ਸਾਨੂੰ ਵੋਟਾਂ ਪੈਣ ਨਾ ਪੈਣ ਅਸੀਂ ਰਹਿਣਾ ਹੀ ਇੱਥੇ ਹੈ ਆ ਕੇਜਰੀਵਾਲ ਨੂੰ ਐਕਚੁਲੀ ਵੋਟਾਂ ਨਹੀਂ ਪੈਣੀਆਂ ਇਹਨੇ ਦੁਕਾਨ ਬੰਦ ਕਰਕੇ ਰਾਜਸਥਾਨ ਤੁਰ ਜਾਣਾ ਹੈ ਤੁਸੀਂ ਭੁੱਲ ਜਾਂਦੇ ਹੋ ਬਹੁਤ ਛੇਤੀ ਕੇਜਰੀਵਾਲ ਨੇ 3 ਸਾਲ ਪਹਿਲੇ ਸੁਪਰੀਮ ਕੋਰਟ ਦਰਖਾਸਤ ਦਿੱਤੀ ਹੈ ਜਿਹਦਾ ਕੇਸ ਚੱਲ ਰਿਹਾ ਕਿ ਪੰਜਾਬ ਵਿੱਚੋਂ ਇਸ ਵੇਲ ਨਹਿਰ ਕੱਢੋ ਪਾਣੀ ਦਿੱਲੀ ਨੂੰ ਚਾਹੀਦਾ ਜੇ ਇਹਨਾਂ ਦੀ ਸਰਕਾਰ ਆ ਗਈ ਪਾਣੀ ਲੈ ਗਏ ਫਿਰ ਤੁਸੀਂ ਕੀ ਕਰੋਗੇ ਆਹ ਜਿਹੜੀਆਂ ਕੱਸੀਆਂ ਨਾ ਆਹ ਖਾਲੀ ਹੋ ਜਾਣੀਆਂ ਫਿਰ ਇਕੱਲੇ ਝਾੜੂ ਫੇਰਨ ਵਾਸਤੇ ਰਹਿ ਜਾਣੀਆਂ ਹੋਰ ਤਾਂ ਕੋਈ ਕਰਨ ਦੀ ਲੋੜ ਨਹੀਂ ਆਈ ਕੇਜਰੀਵਾਲ ਨੇ 1 ਸਾਲ ਪਹਿਲੇ ਸੁਪਰੀਮ ਕੋਰਟ ਲਿਖਿਆ ਪੰਜਾਬ ਦੇ ਥਰਮਲ ਪਲਾਂਟ ਬੰਦ ਕਰੋ ਕਿਉਂਕਿ ਧੂੰਆਂ ਦਿੱਲੀ ਆਉਂਦਾ ਹੈ ਤੁਹਾਡੀ ਪਰਾਲੀ ਸਾੜ ਦਿਓ ਪਰਚਾ ਦਿਓ ਹੁਣ ਆਹ ਤੁਹਾਡੀ ਆਵਾਜ਼ ਬਣ ਗਏ ਆਹ ਕੇਜਰੀਵਾਲ ਉਹ ਹੈ ਜਿਹੜੇ ਮੋਗੇ ਦੇ ਵਿੱਚ ਕਿਸਾਨ ਧਰਨੇ ਐਜੀਟੇਸ਼ਨ ਹੋਇਆ ਤੁਸੀਂ ਦੇਖ ਲਓ ਬਾਘਾ ਪੁਰਾਣਾ ਮੋਗੇ ਦੇ ਬਹੁਤ ਲੋਕਾਂ ਨੂੰ ਜੇਲ੍ਹਾਂ 'ਚ ਸੱਟਿਆ ਗਿਆ ਦਿੱਲੀ ਉਹਨਾਂ ਨੂੰ ਪਤਾ ਕਰੋ ਬੰਦਿਆਂ ਨੂੰ ਪੁੱਛੋ ਮੁੰਡਿਆਂ ਨੂੰ ਪੁੱਛੋ ਕਿ ਤਿਹਾਰ ਜੇਲ੍ਹ ਜਿੱਥੇ ਕੇਜਰੀਵਾਲ ਦਾ ਕੰਟਰੋਲ ਹੈ ਕੀ ਹਾਲਤ ਕੀਤਾ ਉਹਨਾਂ ਦਾ ਤਿਹਾਰ ਜੇਲ੍ਹ 'ਚ ਬਾਬਾ ਬੰਦਾ ਸਿੰਘ ਬਹਾਦਰ ਦੀ ਅਸੀਂ ਬੁੱਤ ਲਾਉਣਾ ਸੀ ਦਿੱਲੀ ਕੇਜਰੀਵਾਲ ਨੇ ਮਨਜ਼ੂਰੀ ਨਹੀਂ ਦਿੱਤੀ ਜੋ ਸਾਡੀ ਸਰਕਾਰ ਸੀ ਫਿਰ ਸਾਨੂੰ ਪੰਜਾਬ ਸਰਕਾਰ ਦੀ ਜਗ੍ਹਾ 'ਚ ਲਾਉਣਾ ਪਿਆ ਆਹ ਤੁਹਾਡੀ ਆਵਾਜ਼ ਸੁਣੂਗਾ 6 ਮੰਤਰੀ ਇਹਨਾਂ ਦੇ 6 ਐਮਐਲਏ ਸਿੱਖ ਹੈ ਦਿੱਲੀ ਕਿ ਇੱਕ ਨੂੰ ਮੰਤਰੀ ਬਣਾਇਆ ਇੱਕ ਨੂੰ ਚੇਅਰਮੈਨ ਬਣਾਇਆ ਪੰਜਾਬੀ ਦੂਜੇ ਨੰਬਰ ਤੇ ਬੋਲੀ ਪੜ੍ਹਾਈ ਜਾਂਦੀ ਸੀ ਸਕੂਲਾਂ 'ਚ ਅੱਜ ਦਿੱਲੀ ਪੰਜਾਬੀ ਪੜ੍ਹਾਈ ਨਹੀਂ ਜਾਂਦੀ ਕਿ ਦਿੱਲੀ ਮਾਡਲ ਚਾਹੁੰਦੇ ਹੋ ਤੁਸੀਂ ਜੇ ਦਿੱਲੀ ਮਾਡਲ ਚਾਹੁੰਦੇ ਹੋ ਟਿਊਬਲਾਂ ਤੇ ਬਿੱਲ ਲੱਗਣਗੇ ਕਿਉਂਕਿ ਦਿੱਲੀ ਲੱਗਦੇ ਹੈ ਆਟਾ ਦਾਲ ਸ਼ਗਨ ਬੰਦ ਹੋਊਗਾ ਕਿਉਂਕਿ ਉੱਥੇ ਮਿਲਦਾ ਨਹੀਂ ਹੈ ਦਿੱਲੀ ਹੋਰ ਹੈ ਆਪਾਂ ਹੋਰ ਹੈ ਫਿਰ ਕੋਈ ਕੋਈ ਆ ਕੇ ਕਹੂਗਾ ਅਮਰੀਕਾ ਮਾਡਲ ਚਾਹੀਦਾ ਫਿਰ ਕਹੂਗਾ ਕੈਨੇਡਾ ਮਾਡਲ ਚਾਹੀਦਾ ਆਪਾਂ ਨੂੰ ਆਪਣਾ ਮਾਡਲ ਚਾਹੀਦਾ ਪੰਜਾਬੀਆਂ ਦਾ ਮਾਡਲ ਆ ਸਾਰੇ ਡਰਾਮੇਬਾਜ ਹੈ ਝੂਠ ਜਿੰਨੇ ਮਰਜ਼ੀ ਬੁਲਾ ਲਓ ਪਿਛਲੀ ਵਾਰ ਨਹੀਂ ਆਏ ਤੁਹਾਡੇ ਕੋਲ ਕਾਂਗਰਸੀ ਗੁਟਕਾ ਸਾਹਿਬ ਦੀ ਸਹੁੰ ਖਾ ਕੇ ਘਰ ਘਰ ਫਾਰਮ ਭਰਾ ਕੇ ਵੋਟਾਂ ਲੈ ਕੇ 5 ਸਾਲ ਦਿਖਾਈ ਦਿੱਤੇ ਹੁਣ ਉਹੀ ਕੇਜਰੀਵਾਲ ਕਰਨ ਲੱਗਿਆ ਫਾਰਮ ਭਰਾਉਣ ਲੱਗ ਗਿਆ ਫਾਰਮ ਤੇ ਕੀ ਲਿਖਿਆ ਹਰ ਔਰਤ ਨੂੰ ਮੈਂ 1000 ਰੁਪਇਆ ਦਊਂਗਾ ਕੇਜਰੀਵਾਲ ਸਾਹਿਬ ਦਿੱਲੀ ਤੁਸੀਂ 10 ਸਾਲ ਹੋ ਗਏ ਮੁੱਖ ਮੰਤਰੀ 1 ਰੁਪਇਆ ਦਿੱਤਾ ਕਿਸੇ ਔਰਤ ਨੂੰ ਉੱਥੇ ਤਾਂ ਦਿੱਤਾ ਨਹੀਂ ਫਿਰ ਦਿੱਲੀ ਇੱਥੇ ਕਿਵੇਂ ਦਊਂਗਾ ਕਹਿੰਦਾ ਮੈਂ ਹਰ ਮੁਲਾਜ਼ਮ ਪੱਕਾ ਕਰ ਦੂੰਗਾ 10 ਸਾਲ ਹੋ ਗਏ ਧਰਨੇ ਦਿੰਦੇ ਮੁਲਾਜ਼ਮਾਂ ਨੂੰ ਉੱਥੇ ਦਿੱਲੀ 1 ਨਹੀਂ ਪੱਕਾ ਕੀਤਾ ਇਹਦਾ ਕੀ ਲਗਾਇਆ ਤੁਹਾਡੇ ਨਾਲ ਦੇਖੋ ਮੈਂ ਤਾਂ ਪੂਰੇ ਪੰਜਾਬ 'ਚ ਹੋ ਕੇ ਆਇਆ ਇਕੱਲਾ ਹੀ ਲੀਡਰ ਹੈ ਜਿਹੜਾ 117 ਹਲਕਿਆਂ 'ਚ ਜਾ ਕੇ ਆਇਆ
ਮਤਲਬ ਪੰਜਾਬ ਦੇ ਕੋਨੇ ਕੋਨੇ ਜਾ ਕੇ ਹੋ ਗਿਆ, 4 ਮਹੀਨੇ ਹੋਏ ਕੋਈ ਨੀ ਬੜਿਆ ਪਿਛਲੇ, ਆ ਹੁਣੀ ਨਿਕਲੇ ਆ। ਮਾਝੇ ਚ ਤਾਂ ਝਾੜੂ ਹੈ ਹੀ ਨੀ, ਦੁਆਬੇ ਚ ਤਾਂ ਹੈ ਹੀ ਨੀ, ਪਟਿਆਲਾ ਵੀ ਹੈ ਨੀ, ਆ ਲੁਧਿਆਣਾ ਸਾਈਡ ਵੀ ਦੇਖ, ਜਮਾ ਪਿਛਲੀ ਵਾਰ ਸੀਗਾ ਦੇਖਤੀ ਉਧਰ ਵੀ ਉੱਡ ਗਿਆ, ਆ ਥੋੜਾ ਜਿਹਾ ਇਧਰਲੇ ਪਾਸੇ ਸੰਗਰੂਰ ਕੋਲੇ। ਤੇ ਆ ਆ ਸਰਕਾਰ ਬਣਾ ਕੇ ਦੇਣਗੇ ਕੁਛ। ਦੇਖੋ ਅਕਾਲੀ ਦਲ ਦੇ ਜੋ ਜ਼ਬਾਨ ਕੀਤੀ ਪੂਰੀ ਕੀਤੀ ਕਿ ਨਹੀਂ ਦੱਸੋ, ਜਦੋਂ ਤੁਹਾਨੂੰ ਅਸੀਂ ਕਿਹਾ ਤੁਹਾਡੇ ਟਿਊਬਲਾਂ ਦੇ ਬਿੱਲ ਮਾਫ ਕਰਾਂਗੇ, ਕਹਿੰਦੇ ਸੀ ਕਾਂਗਰਸੀਆਂ ਵੀ ਮਾਰਦੇ ਆ ਝੂਠ, ਆ ਨੌਜਵਾਨਾਂ ਨੂੰ ਤਾਂ ਭੁੱਲ ਗਏ ਹੋਣੇ ਆ, ਪਹਿਲੇ ਬਿੱਲ ਲੱਗਦੇ ਹੁੰਦੇ ਸੀ ਹਿੰਦੁਸਤਾਨ ਦੇ ਸਾਰੇ ਸੂਬਿਆਂ ਵਿੱਚ ਟਿਊਬਲਾਂ ਦੇ ਬਿੱਲ ਲੱਗਦੇ ਆ, ਕੱਲਾ ਪੰਜਾਬ ਚ ਅਕਾਲੀ ਦਲ ਨੇ ਮਾਫ ਕੀਤੇ ਆ। ਜੇ ਅੱਜ ਸ਼੍ਰੋਮਣੀ ਅਕਾਲੀ ਦਲ, ਜੇ ਅੱਜ ਸ਼੍ਰੋਮਣੀ ਅਕਾਲੀ ਦਲ, ਜੇ ਅੱਜ ਟਿਊਬਲਾਂ ਦੇ ਬਿੱਲ ਲੱਗਦੇ ਨਾ, 1 ਲੱਖ ਰੁਪਇਆ ਇੱਕ ਟਿਊਬਵੈਲ ਮਗਰ ਬਿੱਲ ਆਉਣਾ ਸੀ ਤੁਹਾਡਾ 1 ਸਾਲ ਦਾ, ਜਿਹੜਾ ਬਾਦਲ ਸਾਹਿਬ ਨੇ ਮਾਫ ਕੀਤਾ। ਜਦੋਂ ਯਾਦ ਹੈ ਜੋ ਗਰੀਬ ਨੂੰ ਆਟਾ ਦਾਲ ਦੀ ਸਕੀਮ ਕਹੀ, ਕਾਂਗਰਸੀ ਕਹਿੰਦੇ ਕਿਵੇਂ ਹੋ ਜੂਗਾ, ਪਹਿਲੇ ਦਿਨ ਹੀ ਸ਼ੁਰੂ ਕਰ ਦਿੱਤੀ। ਹੁਣ ਅਸੀਂ ਆਪਣਾ ਕੱਲ ਚੋਣ ਪੱਤਰ ਜਾਰੀ ਕੀਤਾ ਕੀ ਕਰਾਂਗੇ। ਮੈਂ ਥੋੜੀਆਂ ਜਿਹੀਆਂ ਗੱਲਾਂ ਤਾਂ ਬਾਕੀ ਤਾਂ ਅਖਬਾਰਾਂ 'ਚ ਆ ਗਈਆਂ, ਟੀਵੀ 'ਤੇ ਵੀ ਆ ਗਈਆਂ, ਮੈਂ ਦੱਸਣਾ ਚਾਹੁੰਦਾ ਕਿ ਮੇਰੀ ਸਰਕਾਰ ਦੀ ਸੋਚ ਕੀ ਹੋਊਗੀ। ਇੱਕ ਤਾਂ ਬਜ਼ੁਰਗਾਂ ਵਾਸਤੇ ਪੈਨਸ਼ਨ ਵਧਾ ਰਿਹਾ, ਪੈਨਸ਼ਨ ਵੀ ਸਭ ਤੋਂ ਪਹਿਲੇ ਬਾਦਲ ਸਾਹਿਬ ਨੇ ਸ਼ੁਰੂ ਕੀਤੀ ਦੇਣੀ, ਪਹਿਲੇ ਨਹੀਂ ਹੁੰਦੀ ਸੀ ਪੰਜਾਬ ਬਜ਼ੁਰਗਾਂ ਦੀ। ਅੱਜ 1500 ਰੁਪਇਆ ਪੈਨਸ਼ਨ ਹੈ, ਸਰਕਾਰ ਆਉਣ ਤੇ 3100 ਰੁਪਇਆ ਪੈਨਸ਼ਨ ਕੀਤੀ ਜਾਊਗੀ। ਜਿਹੜੇ ਸ਼ਗਨ ਹੈ, ਸ਼ਗਨ ਸਕੀਮ ਵੀ ਬਾਦਲ ਸਾਹਿਬ ਨੇ ਲਾਗੂ ਕੀਤੀ, 51,000 ਰੁਪਏ ਸ਼ਗਨ ਦੀ ਜਗ੍ਹਾ ਹੁਣ 75,000 ਰੁਪਇਆ ਦਿੱਤਾ ਜਾਊ। ਸ਼੍ਰੋਮਣੀ ਅਕਾਲੀ ਦਲ, ਸ਼੍ਰੋਮਣੀ ਅਕਾਲੀ ਦਲ, ਸਰਦਾਰ ਸੁਖਬੀਰ ਸਿੰਘ ਬਾਦਲ। ਕਾਂਗਰਸੀਆਂ ਨੇ ਮੈਨੂੰ ਪਤਾ ਬੜੇ ਨੀਲੇ ਕਾਰਡ ਕੱਟੇ ਹੈ, ਜਿਸ ਦਿਨ ਸਰਕਾਰ ਬਣ ਗਈ ਪਹਿਲੇ ਹੀ 15 ਦਿਨਾਂ ਸਾਰੇ ਫਿਰ ਤੋਂ ਬਣਾਏ ਜਾਣਗੇ ਨੀਲੇ ਕਾਰਡ। ਸ਼੍ਰੋਮਣੀ ਅਕਾਲੀ ਦਲ, ਸ਼੍ਰੋਮਣੀ ਅਕਾਲੀ ਦਲ, ਉਹਨਾਂ ਵਾਸਤੇ ਇੱਕ ਸਕੀਮ ਲੈ ਕੇ ਆਇਆ ਜਦੋਂ ਕਾਰਡ ਬਣ ਗਏ, ਔਰਤਾਂ ਵਾਸਤੇ ਇੱਕ ਰਸੋਈ ਸਕੀਮ, 2000 ਰੁਪਇਆ ਮਹੀਨਾ ਔਰਤ ਨੂੰ ਦਿੱਤਾ ਜਾਊਗਾ ਜਿਨ੍ਹਾਂ ਦੇ ਨੀਲੇ ਕਾਰਡ ਹੈ, ਘਰ ਦੀ ਔਰਤ ਜਿਹੜੀ ਚਲਾਉਂਦੀ ਹੈ ਘਰ। ਆ ਸਕੀਮ ਮੈਨੂੰ ਵੱਡੇ ਬਾਦਲ ਸਾਹਿਬ ਨੇ ਕਿਹਾ, ਮੈਨੂੰ ਕਹਿੰਦੇ ਸੁਖਬੀਰ ਅਸਲੀ ਘਰ ਔਰਤ ਚਲਾਉਂਦੀ ਹੈ, ਪਰ ਕਈ ਵਾਰ ਦਵਾਈ ਬੱਚਿਆਂ ਦੀ ਦਵਾਈ ਲੈਣ ਵਾਸਤੇ ਪੈਸਾ ਨਹੀਂ ਹੁੰਦਾ ਤੇ ਕਿਤੇ ਕਿਤੇ ਘਰ ਵਾਲਾ ਵੀ ਨਹੀਂ ਦਿੰਦਾ, ਘੱਟ ਤੋਂ ਘੱਟ ਔਰਤ ਕੋਲੇ ਆਪਣਾ ਇੱਕ ਅਕਾਊਂਟ ਹੋਏ, ਉੱਥੋਂ ਕਿ ਲੋੜ ਪਏ ਤੇ ਕਢਾ ਕੇ ਦਵਾਈ ਲੈ ਸਕੇ, ਆ ਸੋਚਣ ਲੱਗੇ ਆ। ਦੂਜੀ ਗੱਲ, ਪਿਛਲੀ ਵਾਰ ਬਿਜਲੀ ਪੂਰੀ ਕੀਤੀ, ਐਤੀ ਸਸਤੀ ਕਰਾਂਗੇ, ਪਹਿਲੇ 400 ਯੂਨਿਟ ਸਾਰਿਆਂ ਵਾਸਤੇ SC BC ਜਨਰਲ ਸਾਰਿਆਂ ਵਾਸਤੇ ਮੁਫਤ ਹੋਣਗੇ ਮਹੀਨੇ ਦੇ, ਉਹਦੇ ਉੱਤੇ ਜੇ ਕੋਈ ਵਰਤੂਗਾ ਉਹਦੇ ਬਿੱਲ ਆਇਆ ਕਰੂਗਾ। ਜਿਹੜੀ ਪੰਚਾਇਤਾਂ ਕੋਲੇ ਜ਼ਮੀਨ ਹੈ ਪੰਚਾਇਤੀ, ਪਹਿਲੇ ਹੀ 3 ਮਹੀਨੇ 5-5 ਮਰਲੇ ਪਲਾਟ ਜਿੰਨਾ ਗਰੀਬਾਂ ਕੋਲੇ ਕੋਈ ਜਗ੍ਹਾ ਨਹੀਂ ਦਿੱਤੇ ਜਾਣਗੇ। 5 ਲੱਖ ਜਿਹੜੇ ਪੰਚਾਇਤਾਂ ਦੇ ਵਿੱਚ, ਜਿਹੜੀ ਪੰਚਾਇਤਾਂ ਕੋਲੇ ਜ਼ਮੀਨ ਨਹੀਂ ਹੈ, ਉੱਥੇ ਪੰਜਾਬ ਸਰਕਾਰ ਜ਼ਮੀਨ ਲੈ ਕੇ ਪਲਾਟ ਦਊਗੀ। ਘੱਟ ਤੋਂ ਘੱਟ ਮੇਰੀ ਸਰਕਾਰ ਵਿੱਚ ਇੱਕ ਜਗ੍ਹਾ ਜ਼ਰੂਰ ਇੱਕ ਗਰੀਬ ਕੋਲੇ ਹੋਣੀ ਚਾਹੀਦੀ ਹੈ। ਬਹੁਤ ਬੱਚੇ ਬੱਚੀਆਂ ਆਪਣਾ ਕੰਮ ਕਰਨਾ ਚਾਹੁੰਦੇ ਆ, ਬਹੁਤ ਲੜਕੀਆਂ ਜਿਹਨੇ ਸਿਖਲਾਈ ਟੇਲਰਿੰਗ ਦਾ ਕੰਮ ਸਿੱਖਿਆ ਆਪਣੀ ਦੁਕਾਨ ਖੋਲ੍ਹਣਾ ਚਾਹੁੰਦੇ ਆ, ਕਿਸੇ ਨੇ ਬਿਊਟੀ ਪਾਰਲਰ ਦਾ ਕੰਮ ਸਿੱਖਿਆ ਬਿਊਟੀ ਪਾਰਲਰ ਖੋਲ੍ਹਣਾ ਚਾਹੁੰਦੇ ਆ, ਕੋਈ ਨੌਜਵਾਨ ਨੇ ਕੋਈ ਦੁਕਾਨ ਖੋਲ੍ਹਣੀ ਹੈ ਆਪਣੇ ਪੈਰਾਂ ਤੇ ਆਪ ਖੜੇ ਹੋਣ ਵਾਸਤੇ, ਪਰ ਪੈਸਾ ਨਹੀਂ ਹੈ, ਉਹਨਾਂ ਵਾਸਤੇ ਸਕੀਮ ਲੈ ਕੇ ਆਇਆ ਕਿ ਪੰਜਾਬ ਕੋਆਪਰੇਟਿਵ ਬੈਂਕ ਤੋਂ ਜਿਹੜੇ ਬੱਚੇ ਬੱਚੇ ਨੇ ਆਪਣਾ ਕੰਮ ਕਰਨਾ ਹੈ, 5 ਲੱਖ ਰੁਪਏ ਤੱਕ ਦਾ ਲੋਨ ਦਿੱਤਾ ਜਾਊਗਾ, ਉਹਦਾ ਕੋਈ ਵਿਆਜ ਨਹੀਂ ਹੋਊ, 3 ਸਾਲ ਮੋੜਨਾ ਨਹੀਂ, 3 ਸਾਲ ਬਾਅਦ 10 ਸਾਲਾਂ ਤੁਸੀਂ ਮੋੜ ਦੇਣਾ, ਘੱਟ ਤੋਂ ਘੱਟ ਉਦੋਂ ਤੱਕ ਉਹਦੇ ਕੰਮ ਚਾਲੂ ਆਪਣਾ ਹੋ ਜਾਣਾ।
पिछली बार असी भाई कन्हैया स्कीम ल्यांदी जिहदे राही तुसीं 2 लाख रुपए इलाज किथे मर्जी हस्पताल करा सकदे सी, पर कांग्रेस ने बंद कर दिती। हुण असी भाई कन्हैया स्कीम फिर तो लैके आवांगे। हुण हर परिवार का कार्ड बन जूगा, 10 लाख रुपए तक इलाज वो किसी मर्जी हस्पताल करा सकेंगे। एक हर जिले विच जिन्ने जिले है पंजाब दे 500 बिस्तरे का मेडिकल कॉलेज उत्थे हर जिले च होगा 500 बिस्तरे का हस्पताल। किसानी वास्ते 10 रुपये लीटर डीजल सस्ता किया जाऊगा, ट्रैक्टर का कार्ड बनाया जाऊगा, वो कार्ड से 10 रुपये सस्ता डीजल दिता जाऊगा। तुसी देखे गड़िया करके बीमारिया करके बहुत खेती का नुकसान होंदा है, पर मुआवजा नहीं मिलता। बादल साहब तो दे देंदे सी, पर कांग्रेस दी सरकार ने दिता एदा पक्का इलाज करन लगे। असी जिवें ट्रैक्टर का बीमा होंदा है, जे ट्रैक्टर का बीमा होंदा एक्सीडेंट हो जाए तो बीमा कंपनी तो पैसा आ जाता है। एक दी असी बीमा स्कीम खेती वास्ते लेके आ रहे हैं, 50,000 रुपए किले का फसल का बीमा किसान का किया जाऊगा, अपने आप ही उन्होंने तो पैसा आ जाऊगा। जेडे मैं पशु मेले शुरू किए सी फिर तो चालू किए जाएंगे, जेडे घोड़िया के मेले शुरू किए सी फिर तो चालू किए जाएंगे, वर्ल्ड कप फिर तो चालू किया जाऊगा। एक असी चंडीगढ़ के नेड़े एक रेस कोर्स बनावांगे, मारवाड़िया घोड़ा दी रेसा जिवें पहले हुण तां देश बाहरों अमरीकन घोड़े लिया के रेस करते रेस कोर्स बने हैं, पर कोई अमरीकन की लोड़ नहीं, अपने घोड़े की रेसा होया करनगियां। ते जिहड़ा साल का डरबी जिहड़ा पहला घोड़ा जिहड़ा फाइनल कप होगा हर फ्राइडे सैटरडे संडे, उहदे च करोड़ रुपया इनाम रखांगे।